go to Dhani waterfall ਭਾਈ ਸਾਹਿਬ। ਉਹ ਭਾਈ ਸਾਹਿਬ ਆ ਵਾ ਇੰਡੀਆ ਦੇ ਪਹਾੜ ਚੈੱਕ ਕਰੋ, ਕਿੰਨੇ ਖੂਬਸੂਰਤ ਆ ਮਾਸ਼ਾਅੱਲਾ। ਠੀਕ ਆ, ਆ ਇੰਡੀਆ ਵਾ ਭਾਈ ਸਾਹਿਬ, ਆ ਵਾਲਾ ਸਾਰਾ ਇੰਡੀਆ ਨੂੰ ਗੰਗਾ ਜਲ ਕਹਿੰਦੀ ਆ। ਵੈਲਕਮ ਗਾਈਜ਼, ਵੈਲਕਮ ਬੈਕ ਦੀ ਨਿਊ ਅਦਰ ਵੱਲੋਂ। ਗਾਈਜ਼ ਮੈਂ ਜਾ ਰਹਾ ਹਾਂ ਆਜ਼ਾਦ ਕਸ਼ਮੀਰ, 3 ਦਿਨ ਕੇ ਟ੍ਰਿਪ ਪਰ ਯੇ ਇਨਸ਼ਾਅੱਲਾ ਤਾਲਾ ਮੁਕੰਮਲ ਆਪਕੋ ਲਾਹੌਰ ਸੇ ਲੈ ਕਰ ਆਜ਼ਾਦ ਕਸ਼ਮੀਰ ਤੱਕ, ਏ ਸੇ ਲੈ ਕੇ ਜ਼ੈਡ ਤੱਕ ਯੇ ਪੂਰੀ ਸੀਰੀਜ਼ ਏਕ ਵੀਡੀਓ ਮੈਂ ਆਪਕੋ ਮੈਨੇ ਦਿਖਾਣੀ ਹੈ। ਠੀਕ ਹੈ ਭਾਈ ਸਾਹਿਬ, ਹਮਾਰੇ ਚੈਨਲ ਕੋ ਅਭੀ ਸੇ ਆਪਣੇ ਲਾਈਕ ਸਬਸਕ੍ਰਾਈਬ ਬੈਲ ਕੋ ਗਨ ਕੇ ਮਸਟ ਮਸਟ ਕਰ ਦੇਣਾ ਹੈ। ਠੀਕ ਹੈ, ਅਲਹਮਦੁਲਿਲਾ ਫਿਲਹਾਲ ਤਾਂ ਹੁਣ ਅਸੀਂ ਜਾ ਰਹੇ ਹਾਂ ਦੋਵੇਂ ਜਣੇ ਦੋਸਤ, ਥੋੜੀ ਦੇਰ ਤੱਕ ਅਸੀਂ ਲਾਹੌਰ ਪਹੁੰਚ ਜਾਵਾਂਗੇ। ਅੱਛਾ, ਇਹ 1600 ਰੁਪਈਆ ਦੀਆਂ 2 ਟਿਕਟਾਂ ਲੱਭੀਆਂ ਜੀ ਸਾਨੂੰ, ਯਾ ਟਿਕਟ ਸੀ। ਹਮ ਥੋੜੀ ਦੇਰ ਕੇ ਲਈ ਸਾਈਬਰ ਰੁਕੇ ਹੈ, ਵੇਟਿੰਗ ਰੂਮ ਹੈ ਯੇ ਰਾਜਪੂਤ ਵਾਲੋਂ ਕਾ। ਹਲ ਤਾਂ ਅਸੀਂ ਪਹੁੰਚ ਗਏ ਆ ਲਾਹੌਰ। ਠੀਕ ਆ, ਐਸ ਬੰਦੇ ਨੇ ਉਹ ਤੇ ਇੱਕ ਸਟਾਰ ਦਾ 40 ਰੁਪਈਏ ਖਰਚਾ ਕਰਾ ਦਿੱਤਾ ਯਾਰ, ਪਤਾ ਹੁੰਦਾ ਮੈਂ ਜਾਣ ਨੇ ਇਹਨੂੰ ਦੇਣਾ ਸੀਗਾ। ਕੁਆਟਰਾਂ ਦੇ ਵਿੱਚ ਇਹਦੇ ਸਟਾਰਟ ਕੁਆਟਰਾਂ ਚੰਗੇ, ਹੁਣ ਦੇਖਦੇ ਆ ਕਿਹੜਾ ਸੂਟ ਪਾਣਾ। ਆਹ ਸੂਟ ਦੇ ਵਿੱਚ ਨਾ ਬਦਲਾ ਸਾਰਾ ਮਲੰਗ ਹੀ ਲੱਗਦਾ ਪਿਆ ਦੇਖੋ। ਲਾਹੌਰ ਆਇਆ ਵਾ ਯਾਰ, ਕੋਈ ਬ੍ਰੈਂਡ ਜਰੈਂਡ ਦਾ ਚੀਜ਼ ਤਾਂ ਭਾਵੇਂ ਚਿੱਟਾ ਸੂਟ ਲਾ ਕੇ ਤੇ ਆਹ ਪਾ ਲਿਆ ਜੀ ਸ਼ਰਟ, ਪੈਂਟ ਸ਼ਰਟ ਦੇਖੋ ਕੈਸੀ ਲੱਗੀ ਇੱਕ ਮਿੰਟ ਜਿਹਦੇ ਵਿੱਚ ਤੁਸੀਂ ਜ਼ਰੂਰ ਦੱਸਣਾ। ਹੁਣ ਤੁਹਾਨੂੰ ਦੇਖ ਦੇ ਲਾਹੌਰ ਜਾ ਕੇ ਸ਼ੋਪਿੰਗ ਸ਼ੂਪਿੰਗ ਕਰਦੇ ਆ, ਐਵੇਂ ਡਰੈਸਿੰਗ ਚੇਂਜ ਕਰ ਲਈਏ। ਸਾਡਾ ਵੀਰ ਤਾਂ ਵੈਸੇ ਹੀ ਕਰੇ, ਤੁਹਾਨੂੰ ਪਤਾ ਡਰੈਸਿੰਗ ਚੇਂਜਰ ਸ਼ੋਪਿੰਗ ਅਸੀਂ ਕਰੀ ਹੁੰਦੀ ਆ ਤੇ ਤੁਹਾਨੂੰ ਹੁਣ ਦਿਖਾਉਂਦੇ ਆ ਸ਼ੋਪਿੰਗ ਦੀ ਕਿੱਥੋਂ ਕਰ ਕਹਿੰਦੇ ਆ ਲੰਡੇ ਬਾਜ਼ਾਰ ਚੋਂ ਸ਼ੋਪਿੰਗ ਕਰਕੇ ਆਉਂਦੀ ਆ। ਠੀਕ ਆ, ਆਹ ਬੂਟ ਅਸੀਂ ਲਏ ਆ ਜੀ, ਕਮ ਸੇ ਕਮ ਵੀ 500 ਰੁਪਏ ਦੇ ਬੂਟ ਸਾਨੂੰ ਦਿੱਤੇ ਜੀ। ਠੀਕ ਆ, ਇੱਕ ਆ ਸ਼ਰਟ ਇਸੇ ਕੋ ਹਾਲਾ ਬ੍ਰਿਜ ਕਹਿੰਦੇ ਆ, ਯੇ ਨੀਚੇ ਦਰਿਆਏ ਜੇਹਲਮ ਹੈ, ਯੇ ਇਸ ਬ੍ਰਿਜ ਸੇ ਇਧਰ ਅਬ ਜਿਸ ਹਿੱਸੇ ਮੈਂ ਹਮਾਰਾ ਯੇ ਕੇ ਪੀ ਕੇ ਕਾ, ਜਬ ਹਮ ਯੇ ਬ੍ਰਿਜ ਕ੍ਰੋਸ ਕਰਕੇ ਸਾਈਡ ਪਹੁੰਚ ਜਾਏਂਗੇ ਵੋ ਆਜ਼ਾਦ ਜੰਮੂ ਕਸ਼ਮੀਰ ਸਟਾਰਟ ਹੋ ਜਾਏਗਾ, ਜਬ ਹਮ ਆਜ਼ਾਦ ਜੰਮੂ ਕਸ਼ਮੀਰ ਦੇ ਅੰਦਰ ਐਂਟਰ ਹੋਣੇ ਹਾਂ। ਪਹਿਲੋ ਤਾਂ ਮਿਲ ਗਏ ਤੇ ਫਾਈਨਲੀ ਜੋ ਆਪਕੇ ਸਾਹਮਣੇ ਯੂਨੀਵਰਸਿਟੀ ਹੈ, ਯੇ ਕਿੰਗ ਅਬਦੁੱਲਾ ਹੈ ਸੋਦੀਆ ਕਾ ਸ਼ਹਿਜ਼ਾਦਾ ਹੈ, ਉਸਨੇ ਆਜ਼ਾਦ ਜੰਮੂ ਕਸ਼ਮੀਰ ਕੋ ਗਿਫਟ ਕੀ ਥੀ ਯੂਨੀਵਰਸਿਟੀ। ਯਾ ਆਪ ਲੋਗੋਂ ਕੇ ਸਾਹਮਣੇ ਕਾਇਦੇ ਆਜ਼ਮ ਬ੍ਰਿਜ ਹੈ ਔਰ ਲੈਫਟ ਸਾਈਡ ਪੇ ਜੋ ਹੈ ਯੇ ਸੁਪਰੀਮ ਕੋਰਟ ਆਫ ਆਜ਼ਾਦ ਕਸ਼ਮੀਰ ਹੈ, ਯਹਾਂ ਕੀ ਆਪਣੀ ਸੁਪਰੀਮ ਕੋਰਟ। ਚਾਇ ਪੀਣੇ ਕਾ ਭਾਈ ਸਾਹਿਬ, ਪਹਾੜੋਂ ਮੇ ਤੋ ਆਪਣਾ ਹੀ ਮਜ਼ਾ ਹੈ, ਕਿਆ ਬਾਤ ਹੈ। ਚੈੱਕ ਕਰੋ ਪਿੱਛੇ ਪਹਾੜ ਔਰ ਇਹ ਕੱਪ ਚਾਇ। ਆਈ ਐਮ ਗੋ ਟੂ ਧਨੀ ਵਾਟਰਫਾਲ ਭਾਈ ਸਾਹਿਬ। ਮੇਰੇ ਦੋਸਤ ਦਾ ਬੈਡ ਆ, ਠੀਕ ਆ, ਆ ਥੱਲੇ ਬਾਬਾ ਜੀ ਇੱਥੇ ਜਿਹੜੇ ਸੋਊਗੇ, ਐਲਸੀਡੀ ਲੱਗੀ ਹੋਈ ਆ, ਇਸ ਨੂੰ ਵੀ ਉਹਨਾਂ ਨੇ ਸਜ਼ਾ ਦੇਖੋ ਸਾਨੂੰ ਠੀਕ ਹੀ ਦਿੱਤਾ ਜੀ।
ਭਾਈ ਸਾਹਿਬ ਅਸੀਂ ਥੱਲੇ ਚੱਲੇ ਹਾਂ, ਬਾਰਬੀਕਿਊ ਆਉਂਦਾ ਖਾਣਾ ਖਾਣਾ ਖਾਣ, ਉਹ ਜਾ ਕੇ ਬੂਮ ਫਾਇਰ ਜੇ ਚੱਲਦੀ ਹੋਈ ਉਹ ਦਿਖਾਵਾਂਗੇ, ਦੇਖਦੇ ਹੁਣ ਥੱਲੇ ਕੀ ਆ। ਠੀਕ ਹੈ ਮੇਰਾ ਬਿਲਕੁਲ ਫੜ ਪਿਆ ਨਾ ਸੀ। ਵਾਹ ਭਾਈ ਵਾਹ, ਉਹ ਭਾਈ ਸਾਹਿਬ ਬੂਮ ਫਾਇਰ ਚੱਲ ਗਈ ਹੈ ਆਪਾਂ। ਭਾਈ ਸਾਹਿਬ ਚਾਏ ਪੀਤੇ ਆ, ਇੱਕ ਕੱਪ ਚਾਏ ਦੇਖੇ, ਚਾਏ ਯਾਰ ਉੱਪਰ ਵੀ ਡੁੱਲ ਗਏ। ਵਲੋਗ ਐਡਿਟ ਕਰੇਂਗੇ ਤਾਂ ਫਿਰ ਇਨਸ਼ਾਅੱਲਾ ਤਾਲਾ ਸੋ ਜਾਏਂਗੇ, ਇਨਸ਼ਾਅੱਲਾ ਤਾਲਾ ਆਪਕੋ ਅਬ ਸੁਬਹ ਹੀ ਮਿਲੇਂਗੇ ਇਨਸ਼ਾਅੱਲਾ। The next day. ਓ ਭਾਈ ਸਾਹਿਬ ਆਵਾ ਇੰਡੀਆ ਦੇ ਪਹਾੜ ਚ ਕਰੋ, ਕਿੰਨੇ ਖੂਬਸੂਰਤ ਆ ਮਾਸ਼ਾਅੱਲਾ। ਠੀਕ ਆ, ਆ ਇੰਡੀਆ ਵਾ ਭਾਈ ਸਾਹਿਬ, ਆ ਵਾਲਾ ਸਾਰਾ ਇੰਡੀਆ। ਇਹਨੂੰ ਗੰਗਾ ਜਲ ਕਹਿੰਦੀ ਆ, ਦਰਿਆਏ ਗੰਗਾ ਜਲ, ਉਹਦਾ ਸਾਡੀ ਜ਼ਬਾਨ 'ਚ ਇਹਨੂੰ ਦਰਿਆਏ ਨੀਲਮ ਕਹਿੰਦੇ ਆ। ਆ ਭਾਈ ਸਾਹਿਬ ਆਜ਼ਾਦ ਕਸ਼ਮੀਰ ਆ, ਅਤੇ ਆ ਇੰਡੀਆ ਦਾ ਮਕਬੂਜ਼ਾ ਕਸ਼ਮੀਰ ਆ। ਆਹ ਵਾਲਾ ਭਾਈ ਸਾਹਿਬ ਜਿਹੜਾ ਪੁੱਲ ਆ ਨਾ, ਇੱਥੇ ਪਹਿਲੋਂ ਨਾ ਜਿਹੜੇ ਆ ਆਜ਼ਾਦ ਕਸ਼ਮੀਰ ਵਾਲੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀ, ਉਹ ਇਹਨਾਂ ਨੂੰ ਨਾ ਮਕਬੂਜ਼ਾ ਕਸ਼ਮੀਰ ਵਾਲੇ ਜਿਹੜੇ ਰਹਿੰਦੇ ਉਹਨਾਂ ਨੂੰ ਮਿਲਣ ਜਾਂਦੇ ਹੁੰਦੇ ਸੀਗੇ। ਫਿਲਹਾਲ ਜਿਹੜਾ ਭਾਈ ਸਾਹਿਬ ਆਹ ਵਾਲਾ ਜਿਹੜਾ ਪੁੱਲ ਸੀਗਾ, ਆਹ ਵਾਲਾ ਪੁੱਲ ਭਾਈ ਸਾਹਿਬ ਹੁਣ ਕੋਈ ਨਹੀਂ ਜਾਂਦਾ ਹੈਗਾ। ਠੀਕ, ਅਤੇ ਇਹ ਮੁੜ ਕੇ ਉਹਨਾਂ ਨੇ ਕੋਈ ਲੜਾਈ ਝਗੜੇ ਦੇ ਵਿਆਹ ਤੋਂ ਬੰਦ ਕਰ ਦਿਓ। ਦੇਖੋ ਇੰਡੀਆ ਦਾ ਝੰਡਾ ਵੀ ਹਿਲਦਾ ਪਿਆ, ਚੈੱਕ ਕਰ ਸਕਦੇ ਹੋ। ਠੀਕ ਆ, ਬਾਕੀ ਭਾਈ ਸਾਡੀ ਵੀਡੀਓ ਪਸੰਦ ਆਏ ਤਾਂ ਲਾਈਕ ਔਰ ਸਬਸਕ੍ਰਾਈਬ ਆਪਣੇ ਜ਼ਰੂਰ ਕਰ ਦੇਣਾ। ਭਾਈ ਸਾਹਿਬ ਮਕਬੂਜ਼ਾ ਕਸ਼ਮੀਰ ਇੰਨਾ ਖੂਬਸੂਰਤ ਆ ਨਾ ਕਿ ਛੱਡ ਗੱਲਾਂ ਦਿਓ ਭਾਈ ਸਾਹਿਬ। ਆਈਫੋਨ ਦੇ ਕੈਮਰੇ 'ਚ ਤੁਹਾਨੂੰ ਦਿਖਾ, ਹੁਣ ਚੈੱਕ ਕਰੋ ਮਕਬੂਜ਼ਾ ਕਸ਼ਮੀਰ ਦੇ ਵਿੱਚ ਜਿਹੜੇ ਘਰ ਆ, ਦੇਖੋ ਕਿੰਨੇ ਸਾਰੇ ਘਰ ਆ, ਅਤੇ ਆਜ਼ਾਦ ਕਸ਼ਮੀਰ ਦੇ ਵਿੱਚ ਵੀ ਥੋੜ੍ਹੇ ਜਿਹੇ ਬਣਾਏ ਹੋਏ ਆ। ਦੇਖੋ ਬਿਲਕੁਲ ਦਰਿਆ ਦੇ ਕੋਲ ਆਜ਼ਾਦ ਕਸ਼ਮੀਰ ਦੇ ਵਿੱਚ ਵੀ ਆ, ਅਤੇ ਉਹ ਪਾਲੀ ਸਾਈਡ 'ਤੇ ਭਾਈ ਸਾਹਿਬ ਆਹ ਮਕਬੂਜ਼ਾ ਕਸ਼ਮੀਰ ਆ। ਕਸ਼ਮੀਰ ਇਹਨਾਂ ਦਾ ਐਡਾ ਖੂਬਸੂਰਤ ਭਾਈ ਸਾਹਿਬ, ਸਾਡਾ ਤਾਂ ਖੂਬਸੂਰਤ ਹੈ ਹੀ ਹੈ ਵਾ। ਠੀਕ ਹੈ, ਆਜ਼ਾਦ ਕਸ਼ਮੀਰ ਇਹ ਇੰਨਾ ਖੂਬਸੂਰਤ ਕਿ ਛੱਡਾ ਗਾ। ਆਹ LOC ਆ, ਲਾਈਨ ਆਫ ਕੰਟਰੀ, ਕੀ ਕੰਟਰੋਲ ਮਤਲਬ। ਔਰ ਭਾਈ ਸਾਹਿਬ ਇੰਨਾ ਖੂਬਸੂਰਤ ਆ ਨਾ ਕਿ ਮੈਂ ਲਫਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ। ਜੋ ਤੁਸੀਂ ਭਾਈ ਸਾਹਿਬ ਆਪਣੀ ਰੀਅਲ ਅੱਖੋਂ ਕੇ ਸਾਥ ਦੇਖ ਸਕਦੇ ਹੋ ਨਾ, ਉਹ ਵੈਸੇ ਨਹੀਂ ਆਪਕੋ ਉਹ ਕੈਮਰਾ ਨਹੀਂ ਦਿਖਾ ਸਕਦਾ। ਜੋ ਮੇਰੀ ਰੀਅਲ ਅੱਖਾਂ ਨੇ ਦੇਖਿਆ ਨਾ ਕਿ ਭਾਈ ਛੋੜ ਗਾ, ਭਾਈ ਛੋੜ ਬਾਤੀ ਦਿਓ ਆਪ। ਲਓ ਭਾਈ ਸਾਹਿਬ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਮਕਬੂਜ਼ਾ ਕਸ਼ਮੀਰ ਦੇ ਘਰ। ਹੈ ਚੈੱਕ ਕਰੋ ਭਾਈ ਸਾਹਿਬ ਦੇ ਲੱਕੜੇ ਖੂਬਸੂਰਤ, ਸਾਡੇ ਕਿ ਆਜ਼ਾਦ ਕਸ਼ਮੀਰ ਵਰਗੇ ਉਹਨਾਂ ਦੇ ਘਰ ਬਣੇ ਹੋਏ ਆ, ਲੱਕੜੀ ਦੇ ਬਣੇ ਹੋਏ ਆ, ਲੱਕੜੀ ਦੇ ਘਰ। ਆਹ ਦੇਖੋ ਭਾਈ ਸਾਹਿਬ ਆਹ ਪਾਕਿਸਤਾਨ ਦਾ ਝੰਡਾ ਪਾਲੀ ਸਾਈਡ 'ਤੇ ਕਸ਼ਮੀਰ। ਉਹ ਪੱਥਰ ਦੇਖੋ ਉਹਨਾਂ ਦੇ ਕਿੱਦਾਂ ਦੇ, ਮੈਂ ਤੁਹਾਨੂੰ ਪੱਥਰ ਦਿਖਾਉਂਦਾ। ਇੱਦਾਂ ਲੱਗਦਾ ਜਿੱਦਾਂ ਲੋਕਾਂ, ਲੇਕਿਨ ਉਹ ਕਿਸੇ ਹੋਰ ਤਰੀਕੇ ਦੇ ਬਣੇ ਹੋਏ ਸੀਗੇ, ਇਹ ਨਹੀਂ ਹੁਣ ਪਤਾ ਵੀ ਕਿਸ ਚੀਜ਼ 'ਤੇ ਬਣੇ ਹੋਏ। LOC ਕਿ ਮੈਂ ਸਪੈਸ਼ਲ ਵੀਡੀਓ ਬਣਾ ਰਿਹਾ ਥਾ, ਇਹ ਅਬ ਘਰ ਦੇਖੋ ਭਾਈ ਸਾਹਿਬ, ਇਹ ਹੈ ਦਰਿਆਏ ਨੀਲਮ, ਗੰਗਾ ਜਲ ਜਿਸੇ ਕਹਿੰਦੇ ਹੈ, ਉਨਕੀ ਜ਼ਬਾਨ ਮੇਂ ਇਸੇ ਕਹਿੰਦੇ ਹੈ ਗੰਗਾ ਜਲ। ਭਾਈ ਸਾਹਿਬ ਯੇ ਦਰਿਆ ਇਤਨਾ ਸ਼ਫਾਫ ਪਾਣੀ ਥਾ ਨਾ, ਇਸ ਕਰਕੇ ਮੈਂ ਆਪਕੋ ਕਿਆ ਬਤਾਊਂ, ਲਫਜ਼ੋਂ ਮੈਂ ਬਿਆਨ ਨਹੀਂ ਕਰ ਸਕਤਾ ਕਿਤਨਾ ਸ਼ਫਾਫ ਪਾਣੀ ਥਾ। The next day. ਟੂਰ ਇਨਸ਼ਾਅੱਲਾ ਤਾਲਾ ਖਤਮ ਹੋ ਜਾਣਾ ਹੈ। ਠੀਕ ਹੈ, ਅਭੀ ਹਮ ਇਸ ਰੂਮ ਸੇ, ਇਸ ਕਮਰੇ ਸੇ ਅਲਵਿਦਾ ਕਰੇਂਗੇ। ਠੀਕ ਹੈ, ਔਰ ਭਾਈ ਸਾਹਿਬ ਸਰਦੀ ਤੋਂ ਇਤਨੀ ਹੈ ਨਾ, ਠੀਕ ਹੈ, ਕੰਬਲ ਆਪ ਦੇਖ ਸਕਦੇ ਹੋ, ਇੱਕ ਦੋ ਵੋ ਤੀਸਰਾ ਕੰਬਲ ਫੜਾ ਹੋਇਆ ਹੈ, ਇਤਨੇ ਇਤਨੇ ਕੰਬਲੇ ਆ ਲੈ ਕੇ ਸੋਨੇ ਫੁਰਤੇ, ਇਤਨੀ ਸਰਦੀ ਹੋ ਜਾਤੀ ਹੈ। ਇਨਸ਼ਾਅੱਲਾ ਤਾਲਾ ਅਭੀ ਦੇਖਤੇ ਹੈ ਆਗੇ ਕਹਾਂ ਕਹਾਂ ਜਾਣਾ ਹੈ। ਠੀਕ ਹੈ, ਔਰ